सत श्री अकाल प्यारे विद्यार्थियों, प्लस टू जमात का विशा फिजिकल एजुकेशन एंड स्पोर्ट्स आप स्टडी कर रहे हैं। पाठ तीजे ते पहुंच चुके हैं। अज आप स्टडी करांगे कि खेड सिखलाई की है ते खेड सिखलाई नाल संबंधित कोर्स केड़े केड़े ने। आओ आप सीखते हैं खेड सिखलाई की है। प्लस टू जमात फिजिकल एजुकेशन एंड स्पोर्ट्स पाठ तीजा शरीरक सिक्ख्या विच किते अते खेड अवार्ड। प्रश्न हैगा खेड सिखलाई की है। खेड सिखलाई नाल संबंधित कोर्सां बारे जानकारी दिओ। तां प्यारे विद्यार्थियो, पहला आपां खेड सिखलाई दी गल करदे हां। खेड सिखलाई की है, खेडां किस तरह खेडियां जाण, इस संबंधी जिहड़ी जानकारी दित्ती जांदी है, उस जानकारी नूं देण वास्ते जिहड़े कोर्सिस ने ਉਹ ਖੇਡ ਸਿਖਲਾਈ ਦਾ ਹਿੱਸਾ ਨੇ। ਕਹਿਣ ਦਾ ਭਾਵ ਖੇਡ ਸਿਖਲਾਈ ਦੇ ਵਿੱਚ ਆਪਾਂ ਦੱਸਦੇ ਹਾਂ ਕਿ ਕੋਈ ਖੇਡ ਕਿਸ ਤਰ੍ਹਾਂ ਖੇਡੀ ਜਾਂਦੀ ਹੈ ਤੇ ਇਹਦੇ ਨਾਲ ਸੰਬੰਧਿਤ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਕੁਝ ਕੋਰਸਿਸ ਕਰਵਾਉਂਦੇ ਹਾਂ ਜਿਨ੍ਹਾਂ ਨੂੰ ਫਿਜੀਕਲ ਐਜੂਕੇਸ਼ਨ ਤੇ ਸਪੋਰਟਸ ਦੇ ਵਿੱਚ ਇੰਟਰਸਟ ਹੁੰਦਾ ਹੈ। ਉਹ ਇਹ ਜਿਹੜੇ ਕੋਰਸਿਸ ਨੇ ਵੱਖਰੇ ਵੱਖਰੇ ਸਮੇਂ ਦੇ ਨੇ, ਛੋਟੇ ਵੱਡੇ, ਉਸ ਮੁਤਾਬਕ ਜਿਹੜੇ ਉਹ ਕੋਰਸ ਕਰ ਲੈਂਦੇ ਨੇ ਤਾਂ ਉਹ ਫਿਰ ਖੇਡਾਂ ਕਰਾਉਣ ਦੇ ਵਿੱਚ ਨਿਪੁੰਨਤਾ ਹਾਸਲ ਕਰ ਲੈਂਦੇ ਨੇ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹਨਾਂ ਨੂੰ ਆਮਦਨ ਵੀ ਹੋਣ ਲੱਗ ਜਾਂਦੀ ਹੈ। ਤਾਂ ਇਹ ਜਿਹੜਾ ਅੱਜ ਦਾ ਪਾਠ ਹੈ ਕਿੱਤੇ ਨਾਲ ਸੰਬੰਧਿਤ ਹੈ। ਤਾਂ ਆਪਾਂ ਜਦੋਂ ਕੋਈ ਕੋਰਸ ਕਰ ਲੈਂਦੇ ਖੇਡ ਸਿਖਲਾਈ ਦਾ ਤਾਂ ਉਸ ਖੇਡ ਨਾਲ ਸੰਬੰਧਿਤ ਕੋਚਿੰਗ ਦਿੰਦੇ ਹੋਏ ਅਸੀਂ ਆਪਦੇ ਲਈ, ਆਪਦੇ ਪਰਿਵਾਰ ਦੇ ਲਈ ਆਮਦਨ ਦਾ ਸਾਧਨ ਬਣਾ ਲੈਂਦੇ ਹਾਂ। ਤਾਂ ਆਪਾਂ ਦੇਖਦੇ ਹਾਂ ਕਿ ਖੇਡ ਸਿਖਲਾਈ ਦੇ ਵਿੱਚ ਕਿਹੜੇ ਕਿਹੜੇ ਕੋਰਸਿਸ ਨੇ, ਉਹ ਕਿੰਨੇ ਕਿੰਨੇ ਸਮੇਂ ਦੇ ਨੇ ਤੇ ਉਹਨਾਂ ਦਾ ਕੀ ਕੀ ਲਾਭ ਹੈ। ਸਭ ਤੋਂ ਛੋਟਾ ਜਿਹੜਾ ਕੋਰਸ ਹੈਗਾ ਉਹ ਹੈਗਾ ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ। ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ। ਤਾਂ ਪਿਆਰੇ ਵਿਦਿਆਰਥੀਓ, ਇੱਕ ਸੰਸਥਾ ਹੈ ਨੇਤਾ ਜੀ ਸੁਭਾਸ਼ ਚੰਦਰ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ। ਨੇਤਾ ਜੀ ਸੁਭਾਸ਼ ਚੰਦਰ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ। ਪਿਆਰੇ ਵਿਦਿਆਰਥੀਓ, ਇਹ ਇੰਸਟੀਟਿਊਟ ਪਟਿਆਲੇ ਵੀ ਹੈ ਤੇ ਬੰਗਲੁਰੂ ਵਿਖੇ ਵੀ ਹੈ। ਕਰਨਾਟਕ ਦੀ ਰਾਜਧਾਨੀ ਹੈ ਬੰਗਲੁਰੂ, ਉੱਥੇ ਵੀ ਹੈ। ਇਸ ਸੰਸਥਾ ਦੀ ਮੈਂ ਖਾਸੀਅਤ ਦੱਸਦਾ ਕਿ ਇਸ ਸੰਸਥਾ ਦੇ ਵਿੱਚ ਲਗਭਗ ਹਰ ਖੇਡ ਨਾਲ ਸੰਬੰਧਿਤ ਇਹ ਸਰਟੀਫਿਕੇਟ ਕੋਰਸ ਕਰਵਾਇਆ ਜਾਂਦਾ ਹੈ। ਕਰਵਾਇਆ ਕਿਉਂ ਜਾਂਦਾ? ਕਿਉਂਕਿ ਇਹ ਛੋਟਾ ਜਿਹੜਾ ਆਪਾਂ ਕੋਰਸ ਕਰਕੇ ਖੇਡਾਂ ਨਾਲ ਸੰਬੰਧਿਤ ਸਕਿੱਲਸ ਸਿੱਖ ਜਾਂਦੇ ਹਾਂ, ਜਿਹੜੀਆਂ ਬੇਸਿਕ ਸਕਿੱਲਸ ਹੈਗੀਆਂ ਉਹ ਸਾਨੂੰ ਪਤਾ ਲੱਗ ਜਾਂਦੀਆਂ। ਨਾਲ ਦੀ ਨਾਲ ਕੀ ਲੱਗਦਾ ਪਤਾ ਕਿ ਸਮੇਂ ਦੇ ਨਾਲ ਕੁਝ ਨਿਯਮਾਂ ਦੇ ਵਿੱਚ ਤਬਦੀਲੀ ਹੋ ਗਈ ਜਾਂ ਪ੍ਰੈਕਟਿਸ ਕਰਨ ਦੇ ਢੰਗ ਤਰੀਕੇ, ਨਵੇਂ ਵਿਗਿਆਨਿਕ ਢੰਗ ਤਰੀਕੇ ਆ ਗਏ, ਉਹਨਾਂ ਸਾਰਿਆਂ ਬਾਰੇ ਜਾਣਕਾਰੀ ਇਹਨਾਂ ਕੋਰਸਿਸ ਦੇ ਵਿੱਚ ਦਿੱਤੀ ਜਾਂਦੀ ਹੈ। ਜਿਹੜੇ ਸਰਟੀਫਿਕੇਟ ਕੋਰਸ ਹੈ ਥੋੜੇ ਸਮੇਂ ਦੇ ਹੁੰਦੇ ਹੈ, ਇਹ 6 ਹਫ਼ਤਿਆਂ ਦਾ ਕੋਰਸ ਹੁੰਦਾ। ਤਾਂ ਇਹਨੂੰ ਇੱਕ ਹਿਸਾਬ ਨਾਲ ਆਪਾਂ ਮੰਨ ਸਕਦੇ ਹਾਂ ਕਿ ਇੱਕ ਰਿਫਰੈਸ਼ਰ ਕੋਰਸ ਹੈ। ਅਸੀਂ ਜਾਣਕਾਰੀ ਤਾਂ ਖੇਡ ਬਾਰੇ ਪਹਿਲਾਂ ਵੀ ਜਾਣਦੇ ਸੀ, ਪਰ ਇਹ ਰਿਫਰੈਸ਼ਰ ਕੋਰਸ ਰਾਹੀਂ ਅਸੀਂ ਬੇਸਿਕ ਸਕਿੱਲਸ ਨੂੰ ਦੁਬਾਰਾ ਜਾਣ ਲੈਂਦੇ ਹਾਂ। ਨਾਲ ਦੀ ਨਾਲ ਕੀ ਜਾਣਦੇ ਹਾਂ ਕਿ ਖੇਡ ਦੇ ਵਿੱਚ ਕਿਹੜੀ ਕਿਹੜੀ ਤਬਦੀਲੀ ਹੋਰ ਹੋ ਗਈ ਹੈ ਖੇਡ ਦੇ ਨਿਯਮਾਂ ਦੇ ਵਿੱਚ ਜਾਂ ਪ੍ਰੈਕਟਿਸ ਕਰਾਉਂਦੇ ਢੰਗ ਤਰੀਕਿਆਂ ਦੇ ਵਿੱਚ। ਤਾਂ ਪਿਆਰੇ ਦੱਸਿਓ, ਤੁਹਾਡੇ ਲਈ ਸ਼ੌਕ ਲਈ ਮੈਂ ਲਿਖ ਦਿੱਤਾ ਕਿ ਵੱਖ ਵੱਖ ਖੇਡਾਂ ਦੇ 6-6 ਹਫ਼ਤਿਆਂ ਦੇ ਕੋਰਸ ਹੁੰਦੇ ਨੇ। ਕਹਿਣ ਦਾ ਭਾਵ, ਮੰਨ ਲਓ ਕਿ ਬੈਡਮਿੰਟਨ ਦੀ ਅਸੀਂ ਕੋਚਿੰਗ ਦੇਣ ਨਾਲ ਸੰਬੰਧਿਤ ਸਰਟੀਫਿਕੇਟ ਕੋਰਸ ਕਰਨਾ ਹੈ ਤਾਂ 6 ਹਫ਼ਤਿਆਂ ਦਾ ਉਹ ਕੋਰਸ ਹੋਊਗਾ। ਸਿਰਫ ਕੀ ਸਿਖਾਇਆ ਜਾਊਗਾ, ਬੇਸਿਕ ਸਕਿੱਲਸ ਕਿਹੋ ਜਿਹੀਆਂ ਹੈਗੀਆਂ ਬੈਡਮਿੰਟਨ ਦੇ ਵਿੱਚ, ਤੇ ਬੈਡਮਿੰਟਨ ਦੇ ਵਿੱਚ ਨਵੇਂ ਰੂਲ ਕਿਹੜੇ ਆ ਗਏ, ਤਬਦੀਲੀਆਂ ਕੀ ਆ ਗਈਆਂ, ਉਸ ਤੋਂ ਵੀ ਜਾਣੂ ਕਰਵਾਇਆ ਜਾਂਦਾ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਜਿਹੜਾ ਹੈਗਾ ਸਰਟੀਫਿਕੇਟ ਕੋਰਸ ਬਾਰੇ ਜਾਣਿਆ। ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਜਿਹੜੇ ਕੋਰਸਿਸ ਹੈ ਉਹਦੇ ਬਾਰੇ ਜਾਣਾਂਗੇ। ਤੁਸੀਂ ਮੇਰੇ ਵੀਡੀਓਜ਼ ਨੂੰ ਪਸੰਦ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਫਿਜੀਕਲ ਐਜੂਕੇਸ਼ਨ ਤੋਂ ਇਲਾਵਾ ਤੁਸੀਂ ਇਸ ਚੈਨਲ ਤੇ ਇੰਗਲਿਸ਼, ਹਿਸਟਰੀ, ਐਨਵਾਇਰਨਮੈਂਟ, ਸਮਾਜ ਸੇਵਾ, ਕਰੋਨਾ ਕੇਅਰ ਆਦਿ ਅਨੇਕਾਂ ਟੌਪਿਕਸ ਤੇ ਵੀਡੀਓ ਵੇਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਧੰਨਵਾਦ। ਯੂਟਿਊਬ ਦੇ ਸਰਚ ਬਾਰ ਦੇ ਵਿੱਚ ਆਪਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਣਾ ਹੈ।
ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਤੇ ਹੇਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਕੋਈ ਵੀਡੀਓ ਦੇਖ ਰਹੇ ਹੋ ਜਿਵੇਂ ਕਿ ਆਪਾਂ ਚੈਨਲ ਖੋਲ੍ਹ ਲਿਆ ਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਉਣਗੀਆਂ ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ ਇੱਥੇ ਜਿੱਥੇ ਫੋਟੋ ਲੱਗੀ ਹੈ ਹੇਠਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ ਤੇ ਤੁਹਾਡੇ ਕੋਲ ਤਿੰਨ ਆਪਸ਼ਨਸ ਆਉਣਗੀਆਂ ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ ਤਿੰਨ ਆਪਸ਼ਨਸ ਆਉਣਗੀਆਂ ਉਹਦੇ ਉੱਪਰ ਲਿਖਿਆ ਹੋਇਆ ਆਲ ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ ਸਬਸਕ੍ਰਾਈਬ ਕਰਨ ਲਈ ਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।